ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਸਾਰਿਆਂ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਚਵਿੰਡਾ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਸੁਖਚੈਨ ਸਿੰਘ ਹੋਣਾ ਕੋਲ ਆਪਾਂ ਪਹੁੰਚੇ ਹਾਂ। ਅਤੇ ਦੋ ਗਾਵਾਂ ਤੁਹਾਨੂੰ ਦਿਖਾਉਣੀਆਂ ਅਤੇ ਦੋਵੇਂ ਸੂਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ। ਅਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਉਹਨਾਂ ਨਾਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਠਾਕ ਜੀ? ਠੀਕ ਠਾਕ ਵੀਰ ਜੀ। ਅਤੇ ਨਾਮ ਦੱਸ ਦਿਓ ਕਰੀ ਫਿਰ ਆਪਣਾ। ਸੁਖਚੈਨ ਸਿੰਘ ਜੀ। ਅਤੇ ਐਡਰੈਸ ਵੀ ਦੱਸ ਦਿਓ ਕਰੀ। ਪਿੰਡ ਚਵਿੰਡਾ ਅਤੇ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਹੈ ਨਾ। ਅਤੇ ਫੋਨ ਨੰਬਰ ਬੋਲ ਦਿਓ ਕਰੀ। ਚਲੋ ਫੋਨ ਨੰਬਰ ਕੋਈ ਨਹੀਂ, ਵਿੱਚ ਲਿਖ ਦਾਂਗੇ। ਠੀਕ ਹੈ। ਅਤੇ ਅੱਜ ਦੋਵੇਂ ਸੂਈਆਂ ਹੈ ਨਾ। ਠੀਕ ਹੈ। ਅਤੇ ਕਿਹੜੀ ਪਹਿਲਾਂ ਵਿਖਾ ਦੀ ਹੈ, ਜਰਸੀ ਵਿਖਾ ਦੀ ਹੈ? ਜਰਸੀ ਵਿਖਾ ਦਿਓ ਮੈਨੂੰ। ਕਿੰਨਾ ਚਿਰ ਹੋ ਗਿਆ ਇਹਨਾਂ ਸੂਈ ਨੂੰ? ਇਹਨੂੰ ਵੀਰ ਜੀ ਸੂਈ ਨੂੰ ਸਾਰਾ ਹੁੰਦਾ ਹੋਵੇ ਜੋ। ਅੱਛਾ, ਠੀਕ ਹੈ। ਅਤੇ ਦੁੱਧ ਕਿੰਨਾ ਤਿਆਰ ਜੀ ਇਹਦੇ ਕੋਲ? ਇਹਦੇ ਨਾਲ 12 ਲੀਟਰ ਹੋਗਾ ਪੱਕਾ, ਲੀਟਰ ਮਾਰਵਾ। ਤਿਆਰ ਬਿਲਕੁਲ 12? ਬਿਲਕੁਲ, ਜਿੱਦਾਂ ਮਰਜ਼ੀ ਦੋ ਡੰਗ ਚੋਏ ਸਾਡੇ ਕੋਲ। ਠੀਕ ਹੈ। ਅਤੇ ਖੋਲੋ ਹਾਂ ਫਿਰ ਤੋਰ ਦਈਏ। ਇੱਕ ਵਾਰੀ ਉੱਧਰ ਨੂੰ ਤੋਰ ਦਿਓ ਥੋੜ੍ਹੀ ਸਿੱਧੀ ਜੀ, ਲੈ ਜਾਓ ਜੀ। 12 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਇਹਦੇ ਕੋਲ ਤਿਆਰ ਆ, ਬਾਕੀ ਉਹ ਤੁਸੀਂ ਆਪਣੀ ਦੋ ਟਾਈਮ ਚਵਾਈ ਆਪ ਕਰਕੇ ਖੜਨੀ ਆ। ਠੀਕ ਹੈ। ਥਣਾਂ ਦਾ ਸਾਈਜ਼ ਗੈਪ ਵੀ ਚੰਗਾ ਵਾ, ਹਾਂ ਦੇਖ ਸਕਦੇ। ਅਤੇ ਇਹਦਾ ਫਿਰ ਮੁੱਲ? ਅੱਛਾ, ਵਿੱਚੋਂ ਕਰਨਾ ਮਾਨ ਧਨ? ਖੁੱਲ੍ਹਾ ਕਰ ਦੋਗੇ? ਕੋਈ ਫੋਨ ਲਾਵੇ ਇੱਕ ਵਾਰੀ ਬਸ, ਹੈ ਨਾ। ਠੀਕ ਹੈ ਜੀ। ਅਤੇ ਉਹ ਜਿਹੜੀ ਹੁਣ ਗਾਂ ਦੂਸਰੇ ਨੰਬਰ 'ਤੇ ਵੱਜੀ ਆ, ਅਤੇ ਇਹਨੂੰ ਕਿੰਨਾ ਚਿਰ ਹੋ ਗਿਆ ਜੀ ਸੂਈ ਨੂੰ? ਠੀਕ ਆ, ਬੱਚਾ ਜੇ ਕੋਈ 15-20 ਦਿਨ ਹੋ ਗਏ ਜੀ ਇਹਦੇ ਮਗਰ ਵੱਛੀ ਜੇ। ਅਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੀ? ਹੈਗਾ ਪੱਕਾ ਤਾਂ 10 ਲੀਟਰ ਤੋਰ ਦੋ ਫਿਰ ਇੱਕ ਵਾਰੀ ਇਹਨਾਂ ਨੂੰ। ਬਾਕੀ ਥਣਾਂ ਦਾ ਸਾਈਜ਼ ਗੈਪ ਜਿਹੜਾ ਇਹਦਾ ਵੀ ਚੰਗਾ ਵਾ। ਬਾਕੀ ਤੁਸੀਂ ਆਪਣੀ ਸਮਝਣਾ, ਆਪਣੀ ਜ਼ਿੰਮੇਦਾਰੀ 'ਤੇ ਪਸ਼ੂ ਲੈਣਾ, ਜਿਹੜਾ ਵੀ ਲੈਣਾ ਆਪਣੀ ਦੋ ਟਾਈਮ ਚਵਾਈ ਕਰਕੇ, ਜੋ ਵੀ ਕੁਛ ਆ ਸਾਰਾ ਕੁਛ ਤੁਹਾਡੇ ਸਾਹਮਣੇ ਹੀ ਹੈਗੀ ਹੈ। ਵੀ ਠੰਡੀ ਧੀਰੀ ਆ, ਹਾਂ ਦੇਖ ਸਕਦੇ। ਇਤਰੇ ਰੱਸੀ ਛੱਡ ਕੇ ਤਾਂ ਭਾਵੇਂ ਥੱਲੇ ਬਹਿ ਜਾਓ। ਠੀਕ ਹੈ ਜੀ। ਹਾਂ ਦੇਖ ਸਕਦੇ, ਥਾਣ ਵੀ ਇਹਦੇ ਲਾਗੇ ਤੋਂ। ਚਲੋ ਲੈ ਜਾਓ ਫਿਰ ਇੱਕ ਵਾਰੀ ਇਹਨੂੰ। ਇਹ ਦੁੱਧ ਵੀ ਜੀ ਹੈਗਾ ਇਹਦੇ ਕੋਲ ਪੱਕਾ 10 ਲੀਟਰ ਫਿਰ? ਅੱਛਾ, ਆਹੋ ਕੋਈ ਦੋ ਟਾਈਮ ਆਪਣੀ ਚਵਾਈ ਕਰਕੇ ਖੜੇ, ਤਸੱਲੀ ਕਰਕੇ ਖੜੇ। ਤੇ ਇਹਦਾ ਫਿਰ ਕਿੰਨਾ ਮੁੱਲ ਰੱਖਣਾ ਆਪਾਂ? 40,000 ਆ। ਕਰਦਾ ਕਰ ਦੇਣਾ ਵਿੱਚ ਖੁੱਲ੍ਹਾ ਮਨ ਤਨ? ਚਲੋ ਇੱਕ ਵਾਰੀ ਕੋਈ ਫੋਨ ਲਾਵੇ, ਹੈ ਨਾ, ਆਪੇ ਮੌਕੇ 'ਤੇ ਮਨ ਤਨ ਹੋ ਜਾਊਗਾ। ਅਤੇ ਠੀਕ ਹੈ ਜੀ, ਹੋਰ ਕੁਛ ਕਹਿਣਾ ਫਿਰ? ਬਾਕੀ ਇਹ ਆ ਕਿ ਆਪਣੀ ਸਮਝਣਾ ਕੋਈ ਵੇਖ ਕੇ, ਹੈ ਨਾ, ਤੁਹਾਡੇ ਘਰੋਂ ਹੀ ਆਪਣੀ
ਤੇ ਇਹਦਾ ਸੂਆ ਜਿਹੜਾ ਦੂਸਰਾ ਦੱਸ ਦੇ ਆ ਤੇ ਇਹਦਾ ਤੀਸਰਾ ਦੱਸ ਦੇ ਤੇ ਬਾਕੀ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਤੁਸੀਂ ਦੋ ਟਾਈਮ ਚਵਾਈ ਕਰਕੇ ਖੜੋ ਤੇ ਇਹਦੇ ਮਗਰ ਵੱਛਾ ਆ ਤੇ ਉਹਦੇ ਮਗਰ ਵੱਛੀ ਆ।